ਹੈਲੋ ਫਰੈਂਡਸ ਵੈਲਕਮ ਕਰਦਾ ਹਾਂ ਤੁਹਾਡਾ ਆਪਣੀ YouTube ਚੈਨਲ ਟੈਕਨੀਕਲ ਸਿੰਦਰ ਤੇ ਆਈਓ ਫਰੈਂਡਸ ਸਾਰੇ ਠੀਕ ਹੋਵਗੇ ਅੱਜ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਆ ਚੁੱਕੇ ਹਾਂ ਫਰੈਂਡਸ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਜਿਹੜੇ ਸਕੂਲ ਰੀਓਪਨ ਕਰਨ ਦੀ ਗੱਲ ਕੀਤੀ ਗਈ ਹੈ ਸਰਕਾਰ ਵੱਲੋਂ 9ਵੀਂ ਤੋਂ 12ਵੀਂ ਤੱਕ ਦੇ ਸਕੂਲ ਜਿਹੜੇ ਓਪਨ ਕਰਨੇ ਨੇ ਤੇ ਅੱਜ ਆਪਾਂ ਸਾਰਾ ਡਿਟੇਲ 'ਚ ਅੱਗੇ ਗੱਲ ਕਰਾਂਗੇ ਕਿਹੜੀਆਂ-ਕਿਹੜੀਆਂ ਹਦਾਇਤਾਂ ਦੇ ਨਾਲ ਜਿਹੜੇ ਸਕੂਲ ਹੈ ਖੁੱਲੇ ਜਾਣਗੇ 1 ਜੂਨ ਤੋਂ 9ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਲਈ ਫਰੈਂਡਸ ਵੀਡੀਓ ਨੂੰ ਅੱਗੇ ਲਗਾਤਾਰ ਦੇਖਦੇ ਰਹੋ ਤਾਂ ਹੀ ਤੁਹਾਨੂੰ ਸ ਕੀ ਕੀ ਕੰਡੀਸ਼ਨ ਦਿੱਤੀਆਂ ਗਈਆਂ ਨੇ ਇਹ ਵੀ ਆਪਾਂ ਦੇਖ ਲੈਣੇ ਆਂ ਸਟਾਰਟ ਕਰਦੇ ਆਂ ਵੀਡੀਓ ਜਿਆਦਾ ਟਾਈਮ ਨਾ ਤੁਹਾਡਾ ਲੈਂਦੇ ਹੋਏ ਵੀਡੀਓ ਚੰਗਾ ਲੱਗੇ ਤਾਂ ਹੁਣ ਤੋਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਆਲ ਦੇ ਪ੍ਰੈਸ ਕਰ ਦਿਓ ਤਾਂ ਕਿ ਸਾਡਾ ਹੋਰ ਕੋਈ ਨਵਾਂ ਅਪਡੇਟ ਆਂਦਾ ਤੁਹਾਨੂੰ ਜਿਹੜਾ ਸਭ ਤੋਂ ਪਹਿਲਾਂ ਵੀਡੀਓ ਵਿੱਚ ਤੇ ਮਿਲਦੇ ਆਂ ਫਰੈਂਡਸ ਆਪਣੀ ਕੰਪਿਊਟਰ ਸਕਰੀਨ ਤੇ ਉੱਥੇ ਲੈ ਕੇ ਚੱਲਦਾ ਤੁਹਾਨੂੰ ਉੱਥੇ ਦੱਸ ਦਿਆਂ ਕੀ ਸਾਰਾ ਅਪਡੇਟ ਤੇ ਜਿੱਦਾਂ ਕੀ ਫਰੈਂਡਸ ਅਸੀਂ ਦੇਖ ਸਕਦੇ ਆਂ ਆਪਾਂ ਆਪਣੀ ਕੰਪਿਊਟਰ ਸਕਰੀਨ ਤੇ ਆ ਚੁੱਕੇ ਆਂ ਇਹਦੇ ਦੇਖ ਸਕਦੇ ਹੋ ਕਿ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਪਹਿਲਾਂ ਹੀ ਕੋ ਜੋ ਹੁਣ 31 ਮਈ 2021 ਨੂੰ ਖਤਮ ਹੋਣ ਗਈਆਂ ਹਰਿਆਣਾ ਵਿੱਚ ਕਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਲਗਾਤਾਰ ਕਮੀ ਆ ਰਹੀ ਹੈ ਇਸ ਨਾਲ ਹੁਣ ਸੂਬਾ ਸਰਕਾਰ ਨੇ ਰਾਹਤ ਦੀ ਸਾਹ ਲੈਦਿਆਂ ਵਿਦਿਆਰਥੀਆਂ ਸੰਬੰਧੀ ਵੱਡਾ ਫੈਸਲਾ ਲਿਆ ਹੈ ਦੱਸ ਦਈਏ ਕਿ ਕਰੋਨਾ ਕੇਸਾਂ 'ਚ ਹੋਏ ਵਾਦੇ ਦਰਮਿਆਨ ਸੂਬੇ ਨੇ ਸਾਰੇ ਸਕੂਲ ਕਾਲਜ ਬੰਦ ਕਰ ਦਿੱਤੇ ਸਨ ਹੁਣ ਸੂਬੇ 'ਚ ਕਰੋਨਾ ਕੇਸਾਂ ਦੀ ਕਮੀ ਆਉਣੀ ਸ਼ੁਰੂ ਹੋ ਗਈ ਹੈ ਹਰਿਆਣਾ ਵਿੱਚ ਰਿਕਵਰੀ ਰੇਟ 94.38 ਤੱਕ ਪਹੁੰਚ ਗਈ ਹੈ ਅਜਿਹੀ ਸਥਿਤੀ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ 1 ਜੂਨ 2021 ਤੋਂ ਸਕੂਲ 9ਵੀਂ ਤੋਂ 12ਵੀਂ ਕਲਾਸ ਲਈ ਖੋਲੇ ਜਾਣਗੇ ਤੇ ਸਾਰਾ ਫਰੈਂਡਸ ਦੇਖੋ ਮੈਂ ਤੁਹਾਨੂੰ ਸਾਰਾ ਵੀਡੀਓ ਚ ਦੱਸਦਾ ਕਿ ਹਰਿਆਣਾ ਸਰਕਾਰ ਵੱਲੋਂ ਜਿਹੜੇ ਸਕੂਲ ਰੀਓਪਨ ਕੀਤੇ ਜਾ ਰਹੇ ਨੇ ਤੇ ਇਹ ਉਹਨਾਂ ਨੇ ਹੁਣ ਜਿਹੜਾ ਲੇਟੈਸਟ ਫੈਸਲਾ ਲਿਆ ਹੈ ਕਿ 1 ਜੂਨ ਤੋਂ ਤੁਹਾਡੇ ਸਾਰੇ ਜਿਹੜੇ ਸਕੂਲ ਖੋਲੇ ਜਾਣਗੇ 9ਵੀਂ ਤੋਂ 12ਵੀਂ ਤੱਕ ਦੇ ਆ ਤੇ ਚਲੋ ਫਰੈਂਡਸ ਆਈ ਹੋਪ ਤੁਹਾਨੂੰ ਜਿਹੜਾ ਸਾਰਾ ਸਮਝ ਆ ਗਿਆ ਹੋਵੇਗਾ ਕਿ ਕਿਹੜੀ ਸਟੇਟ ਨੇ ਜਿਹੜੇ ਆਪਣੇ ਸਕੂਲ ਓਪਨ ਕੀਤੇ ਨੇ ਪਹਿਲੀ ਤਰੀਕ ਤੋਂ ਤੇ ਫਰੈਂਡਸ ਵੀਡੀਓ ਤੁਹਾਨੂੰ ਚੰਗਾ ਲੱਗੇ ਤੇ ਲਾਈਕ ਕਰ ਦੇਣਾ ਤੁਹਾਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਔਲਟ ਪ੍ਰੈਸ ਕਰ ਦਿਓ ਤਾਂ ਕਿ ਸਾਡੇ ਨਵੇਂ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਮਿਲਦੇ ਹਾਂਗੇ ਸਨਵੇਂ ਵੀਡੀਓ ਤਦ ਤੱਕ ਲਈ ਧੰਨਵਾਦ ਥੈਂਕਸ ਫੋਰ ਵਾਚਿੰਗ ਵੀਡੀਓ ਗੁੱਡ ਬਾਏ ਐਂਡ ਟੇਕ ਕੇਅਰ ਬਾਏ ਬਾਏ